ਆਪਣੇ ਦੋਸਤੋ ਇਹ ਤੁਸੀਂ ਦੇਖ ਸਕਦੇ ਜੇ ਲਿਸ਼ਕ ਵਿਸ਼ਕ ਪੈ ਰਹੀ ਹੈ, ਮੋਲ ਬਣਿਆ ਹੈ। ਦੇਖੋ ਜੀ ਵਲੋਗ ਮੈਨੂੰ ਬਣਾਉਣਾ ਤਾਂ ਆਉਂਦਾ ਨਹੀਂ, ਪਹਿਲੀ ਵਾਰੀ ਟਰਾਈ ਕਰ ਰਿਹਾ। ਅਤੇ ਆਹ ਬਿੱਲਾ ਜੀ ਵੀ ਤਸਵੀਰਾਂ ਖਿੱਚਣ, ਦੇਖੋ ਜ਼ਰਾ ਤੁਸੀਂ ਬਿੱਲਾ ਜੀ ਜ਼ਰਾ। ਹੈਲੋ। ਅਤੇ ਇਹ ਜੀ ਬਾਰਿਸ਼ ਹੋ ਰਹੀ ਹੈ, ਅਤੇ ਪਤਾ ਨਹੀਂ ਕਿਉਂ ਮੈਨੂੰ ਆਪਣੇ ਮੋਬਾਈਲ ਦੀ ਤਾਰੀਫ ਕਰਨ ਦੀ ਵਾਰ ਵਾਰ ਦਿਲ ਕਰ ਰਿਹਾ ਕਿ ਮੇਰਾ ਮੋਬਾਈਲ ਜਿਹੜਾ ਉਹ ਵਾਟਰਪਰੂਫ ਹੈ। ਅਤੇ ਇਹ ਦੇਖੋ ਜੀ ਲਿਸ਼ਕਾਂ ਪੈਣੀਆਂ। ਖੈਰ ਬਾਰਿਸ਼ ਤਾਂ ਹੋ ਕੇ ਹੁਣ ਖਤਮ ਹੋ ਗਈ, ਅਸੀਂ ਕਾਫੀ ਦੇਰ ਲੁੱਡੀ ਪਾਈ ਹੈ ਇੱਥੇ। ਅਤੇ ਇਨਸ਼ਾਅੱਲਾ ਕੱਲ੍ਹ ਅਸੀਂ ਪੌਦੇ ਲਾਉਣ ਦਾ ਵੀ ਡਿਸਾਈਡ ਕਰ ਰਹੇ ਹਾਂ। ਵੈਸੇ ਲਾਉਣੇ ਤਾਂ ਆਪਣੇ ਸ਼ਹਿਰ 'ਚ ਚਾਹੀਦੇ ਸੀ, ਪਰ ਅਸੀਂ ਤਾਂ ਆਏ ਹਾਂ ਇਸਲਾਮਾਬਾਦ। ਹੁਣ ਇਸਲਾਮਾਬਾਦ ਆ ਗਏ ਹਾਂ ਅਤੇ ਚਲੋ ਆਪਣਾ ਮੁਲਕ ਹੀ ਇੱਥੇ ਲਾ ਦੇਵਾਂਗੇ। ਕਿਉਂ ਮਿਲਾ ਜੀ ਪੌਦੇ ਲਾਈਏ ਕੱਲ੍ਹ 14 ਅਗਸਤ 'ਤੇ ਇੱਥੇ ਲਾਉਂਦੇ ਹਾਂ ਕਹਿਣਾ। ਅਤੇ ਲਾ ਆਪਣੇ ਲੋਕ ਨਾਜ਼ਰੀਨ ਵਾਸਤੇ ਇੱਕ ਮੈਸੇਜ ਛੱਡ ਦੇਵਾਂਗੇ, ਇਹ ਵੀ ਲਾਉਣ ਨਾ ਕਿ ਝੰਡੀਆਂ ਲਾਉਣ। ਹਾਂਜੀ ਬਿਲਕੁਲ, ਨਾ ਕਿ ਝੰਡੀਆਂ ਲਾਉਣ। ਝੰਡੀਆਂ ਲਾਉਣ ਦਾ ਫਾਇਦਾ ਨਹੀਂ ਹੈਗਾ, ਪੌਦੇ ਛੋਦੇ ਲਾਓ ਅਤੇ ਜ਼ਰਾ ਸਾਹ ਸਾਹ ਵੀ ਸੌਖਾ ਆਏਗਾ, ਝੰਡੀਆਂ ਨੂੰ ਕੁਛ ਨਹੀਂ ਹੋਣਾ। ਈਦ ਤੇ ਬਣਾ ਰਹੇ ਹਾਂ ਵੀਡੀਓ ਤੁਹਾਡੇ ਵਾਸਤੇ, ਬੜੀ ਜ਼ਬਰਦਸਤ ਜੀ ਹਲੇ ਸਟੋਰੀ ਬਣਾਈ ਜਾ ਰਹੀ ਹੈ ਇਨਸ਼ਾਅੱਲਾ ਤੁਹਾਨੂੰ ਬਹੁਤ ਜਲਦੀ। ਬਸ ਸਾਡਾ ਤਾਂ ਫਨੀ ਕੰਟੈਂਟ ਹੈ, ਸਾਡਾ ਦਿਲ ਕਰਦਾ ਸੀ ਤੁਹਾਨੂੰ ਹਸਾਈਏ ਅਤੇ ਬਿਲਕੁਲ ਕੋਸ਼ਿਸ਼ ਇਹੀ ਹੈ ਕਿ ਤੁਹਾਨੂੰ ਹਸਾ ਸਕੀਏ, ਠੀਕ ਹੈ। ਅੱਛੀ ਅੱਛੀ ਵੀਡੀਓ ਲਾਉਣੀ ਹੈ ਇਨਸ਼ਾਅੱਲਾ, ਬਸ ਲਾਈਕ ਕਰਦੇ ਰਹੋ, ਸਾਨੂੰ ਸਪੋਰਟ ਕਰਦੇ ਰਹੋ, ਬਹੁਤ ਮਿਹਰਬਾਨੀ ਤੁਹਾਡੀ। ਅੱਛਾ ਬਈ ਕੁਛ ਕਹਿਣਾ ਚਾਹੋਗੇ ਤੁਸੀਂ? ਸਰ ਹਲੇ ਫਿਲਹਾਲ ਕੁਛ ਤੇ ਕੋ ਯਾਰ, ਫਿਲਹਾਲ ਹਮ ਬੈਠ ਜਾਏ ਜ਼ਰਾ, ਜੋ ਬੈਠ ਜਾਏ। ਫਿਲਹਾਲ ਅਸੀਂ 1 2 3 4 5 6 7 ਜਾਣੇ ਆ ਤੇ ਇਹ ਗੱਡੀ 'ਚ ਅਸੀਂ ਬਹਿਣਾ। ਹਾਂਜੀ, ਤੇ ਇਸ ਤੋਂ ਬਾਅਦ ਅਸੀਂ ਜਾਵਾਂਗੇ ਖਾਨਪੁਰ ਡੈਮ ਤੇ ਸਾਡੀਆਂ ਜਾਣੀਆਂ ਵੇਖਣਾ ਤੁਸੀਂ ਕਿਵੇਂ ਜਾਂਦੇ। ਚਲੋ ਜੀ ਬੈਠੋ, ਮੈਂ ਜ਼ਰਾ ਵਿਖਾਵਾਂਗਾ ਕਿੱਦਾਂ ਪੈਂਦੇ। ਬੈਠੋ ਜ਼ਿਆਦ ਬੈਠੋ ਤੇ ਸਹੀ, ਚਲੋ ਬੈਠੋ ਸਹੀ। ਲੰਬੇ ਬੰਦੇ ਨਹੀਂ ਬੈਂਦੇ, ਜ਼ਿਆਦ ਬਹਿ ਤੂੰ। ਓਏ ਹੈਲੋ, ਬਹਿ ਤਾਂ ਸਹੀ। ਅਸਲਾਮ ਅਲੈਕੁਮ, ਅਸੀਂ ਇੱਥੇ ਖਾਨਪੁਰ ਡੈਮ 'ਤੇ ਆਏ ਹਾਂ। ਦੇਖੋ ਇਹ ਦੇਖੋ ਜੀ ਡੈਮ, ਕੁਛ ਨਹੀਂ ਬਸ। ਕੇ ਡੀ ਸਾਹਿਬ ਨੇ ਸਾਡੇ ਠੰਡਾ ਹੀ ਹੋਏਗਾ, ਗਰਮ ਕਿਉਂ ਹੋਣਾ, ਇਹ ਵੀ ਥੱਲੋਂ ਹੀ ਨਿਕਲਣ ਡਿਆ ਪਾਣੀ ਠੰਡਾ। ਅੱਛਾ ਜੀ, ਖਾਨਪੁਰ ਡੈਮ 'ਤੇ ਅਸੀਂ ਬੋਟਿੰਗ ਕਰ ਰਹੇ ਹਾਂ ਅਤੇ ਪੰਜਾਬੀ ਤੋਂ ਘਬਰਾਉਣਾ ਨੀ, ਉਰਦੂ ਤੋਂ ਵੀ ਨੀ, ਇੰਗਲਿਸ਼ ਆਪਾਂ ਨੂੰ ਵੈਸੇ ਹੀ ਨੀ ਆਉਂਦੀ। ਇੰਗਲਿਸ਼ ਚ ਬਾਹਲਾ ਹੀ ਹੱਥ ਤੰਗ ਆ। ਅੱਛਾ ਜੀ ਜਨਾਬ, ਅਸੀਂ ਇੱਥੇ ਮਨਾਲ ਆਏ ਬੈਠੇ ਹਾਂ, ਬਲਾਲ ਸਾਹਿਬ ਖੱਗਾ ਸਾਹਿਬ ਲਾਏ ਬੈਠੇ ਤੇ ਉਹ ਸਾਨੂੰ ਲੱਭਣ ਨਹੀਂ ਡਿਆ, ਉਹ ਸਾਨੂੰ ਲੱਭਣ ਨਹੀਂ ਡਿਆ ਮਨਾਲ, ਤੇ ਨਿਹਾਲ ਆਇਆ ਮਨਾਲ ਨਹੀਂ ਲੱਭਣ ਡਿਆ। ਇਸਲਾਮਾਬਾਦ ਨਾ ਹੈਲੋ ਹੋ ਗਿਆ ਸੀਗਾ, ਫਿਰ ਇਹਨੂੰ ਵਾਵਾ ਦੂਰ ਜਾ ਕੇ ਬਾਤ। ਸਾਨੂੰ ਇੱਥੇ ਇੱਕ ਮਿਲਕ ਸ਼ੇਕ ਪਿਆ ਹੀ 450 ਰੁਪਏ ਦਾ, ਦੇਖੀ ਕੇਡੀ ਸਾਹਿਬ ਦੀ ਗੱਲਾਂ ਵੀ ਗੁੱਛਾ ਗਲੀ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਆਪਕੋ ਕੇਡੀ ਸਾਹਿਬ ਕੁਛ ਕਹਿਣਾ ਚਾਹਤੇ ਹੈ? ਬੋਲੋ ਜੀ, ਪੰਜਾਬੀ ਚ ਬੋਲਿਓ, ਮੈਂ ਉਰਦੂ ਚ ਐਵੇਂ ਬੋਲਦਾ। ਠੀਕ ਹੋ ਗਿਆ ਜੀ, ਕੱਢੋ ਗਾਲਾਂ। ਜਾਣੀਆਂ ਦੀ ਸਿਆਸਤ ਭਾਜਨ ਆ ਗਏ ਸੀ ਤੰਗ, ਮੈਂ ਵੀ ਤੇ ਖੱਗਾ ਸਾਹਿਬ ਵੀ। ਖੱਗਾ ਸਾਹਿਬ ਤੇ ਮਾਰਿਓ ਕੈਮਰਾ ਜ਼ਰਾ। ਖੱਗਾ, ਅਸੀਂ ਫਿਰ ਫੈਸਲਾ ਕੀਤਾ ਵੀ ਕੁਛ ਦਿਨ ਗੰਦੇ ਪਾਣੀ ਚ ਜਾ ਕੇ, ਜਿਵੇਂ ਆ ਝੀਲ ਦਾ ਰੰਗ ਵਾ
ਅੱਛਾ ਜੀ ਪੀ ਟੀ ਆਈ ਦਾ ਮਾਹੌਲ ਹੈ, ਹਰ ਤਰਫ ਗਾਣੇ ਲੱਗੇ ਹੋਏ ਨੇ, ਤੁਹਾਨੂੰ ਪਤਾ ਨਹੀਂ ਸੁਣਨਾ, ਉਹ ਸਾਹਮਣੇ ਤੁਸੀਂ ਵੇਖ ਸਕਦੇ ਜੇ ਇਮਰਾਨ ਖਾਨ ਇਹ ਖੱਗਾ ਸਾਹਿਬ ਦੇ ਮੁਤਾਬਕ ਉੱਥੇ ਬਣੀ ਗੱਲ ਆ ਓਏ ਬਣੀ ਗੱਲ ਆ ਵਾ ਮਤਲਬ ਏਰੀਆ ਦਾ ਨਾਮ ਆ ਨਾ ਬਣੀ ਗੱਲ ਆ ਸਾਹਿਬ ਦਾ ਘਰ ਦਾ ਨਹੀਂ ਆ ਨਾ ਹੁਣ ਛੱਡੀ ਜਾ ਕਿਉਂ ਅਲੀ ਭਾਈ ਹਾਂ ਕੈਮਰਾ ਇੱਧਰ ਨੂੰ ਕਰਿਓ ਹਾਂਜੀ ਹਾਂਜੀ ਖੱਗਾ ਕੀ ਕਹਿੰਦਾ ਹੈ ਬਣੀ ਗੱਲ ਆ ਇਹ ਕਹਿੰਦਾ ਬਣੀ ਗੱਲ ਆ ਏਰੀਆ ਦਾ ਨਾਮ ਖੱਗਾ ਤੇਰੇ ਜਾਨਸਾਰ ਇੱਕ ਦੋ ਤਿੰਨ ਉਹ ਖੱਗਾ ਆਪ ਹੀ ਕਹਿ ਰਿਹਾ ਸੀ ਤੇ ਕਿਹਾ ਹੀ ਨਹੀਂ ਖੱਗਾ ਸਾਹਿਬ ਬੁਰਾ ਨਾ ਮਨਾਣਾ ਜੀ ਹਮ ਇਸ ਟਾਈਮ ਹੈ ਰਾਵਲ ਡੈਮ ਤੇ ਲੇਕ ਵਿਊ ਬਿੱਲਾ ਬੰਦ ਹੋ ਗਈ ਇੱਥੇ ਮੈਂ ਹੀ ਇਕੱਲਾ ਰਹਿ ਗਿਆ ਯਾਰ ਓਏ ਸਾਲੇ ਬਾਅਦ ਨਾ ਕਰ ਫਿਰ ਇਹਨਾਂ ਨੇ ਖੋਲ ਨਹੀਂ ਮੈਨੂੰ ਮੋਬਾਈਲ ਦੀ ਬੈਟਰੀ ਵੀ ਲੋ ਆ ਸਾਰਿਆਂ ਦਾ ਬਟਨ ਮਿਲ ਜੇ ਨਾ ਸਾਰਿਆਂ ਨੂੰ ਜ਼ਿਆਦਾ ਇਹ ਹੈ ਜੀ ਕਿੱਥੇ ਆਪਾਂ ਖਿਓੜਾ ਵਾ ਖਿਓੜਾ ਕਿ ਨਮਕ ਕੀ ਕਾਨ ਭਾਜੀ ਕੁਛ ਕਹਿਣਾ ਚਾਹੋਗੇ ਮੈਂ ਹਾਂ ਹਨੇਰਾ ਬੜਾ ਆ ਰਿਹਾ ਤੁਹਾਡੇ ਤੇ ਮੈਂ ਆਵਾਮ ਨੂੰ ਇਹੀ ਸਬਕ ਦੇਣਾ ਚਾਹੁੰਦਾ ਵੀ ਜਿਹੜਾ ਲੂਣ ਜਾਇਆ ਕਰਦੇ ਜੇ ਨਾ ਹੋਰ ਜਾਇਆ ਕਰੋ ਜੇ ਸਾਡੇ ਕੋਲ ਬੜਾ ਲੂਣ ਆ ਇੱਥੇ ਬਹੁਤ ਲੂਣ ਆ ਇੰਨਾ ਲੂਣ ਕੋਈ ਆ ਪਿੱਲਰ ਵੀ ਲੂਣ ਦੇ ਨਹੀਂ ਯਾਰ ਉਹ ਆ ਪਟੜੀ ਵੀ ਲੂਣ ਦੀ ਯਾਰ ਇੱਥੇ ਅੰਦਰ ਸਾਹ ਨਹੀਂ ਆਉਂਦਾ ਆਹ ਨਾ ਪਾਈਪਿੰਗ ਚ ਲਾਈ ਹੈ ਇਹਨਾਂ ਨੇ ਆਹ ਹਵਾ ਜਿਹੜੀ ਆ ਰਹੀ ਨਾ ਇਹ ਪਾਈਪਿੰਗ ਦੇ ਥਰੂ ਆ ਛੱਡੀ ਹਾਂ ਹੋਰ ਆਟੋਮੈਟਿਕ ਹਵਾ ਕਿੱਥੋਂ ਜੀ ਨਾ ਜਾਣ ਮਜ਼ਦੂਰ ਐਵੇਂ ਐਵੇਂ ਆਕਸੀਜਨ ਦੀ ਫੁੱਲ ਘੱਟ ਕਮੀ ਹੈ ਇੱਥੇ ਸਾਈ ਚੜ ਗਈ ਸਾਈ ਮਰਨ ਵਾਲੇ ਹੋ ਗਏ ਤੇ ਮਰਨ ਇਹ ਤੇ ਭੱਜ ਗਿਆ ਇਹ ਤੇ ਭੱਜ ਗਿਆ ਹੈ ਨਾ ਤੇ ਇੱਥੇ ਜ਼ਰਾ ਭੂਤ ਬੰਗਲਾ ਟਾਈਪ ਵੀ ਬਣਾਇਆ ਉਹਨਾਂ ਨੇ ਲਾਈਟਾਂ ਸ਼ਾਟਾਂ ਇੱਥੇ ਵੀ ਪਾਣੀ ਹੈ ਬਾਉਸ ਚੌਧਰੀ ਕਰਮ ਦਾ ਖੇ ਕਰਦਾ ਤੂੰ ਇੰਨੀ ਦੂਰ ਤੇ ਨਹੀਂ ਗਿਆ ਡਰਾਮੇ ਨਾ ਕਰ ਸੱਜੇ ਬੰਨੇ ਖੱਬੇ ਬੰਨੇ ਫਿਰ ਦੱਸ ਲੈਫਟ ਸਾਈਡ ਤੇ ਰਾਈਟ ਸਾਈਡ ਤੇ ਫਿਲਮ ਵੇਖ ਦੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਅਸੀਂ ਇਸ ਟਾਈਮ ਨਮਕ ਦੀ ਕਾਨ ਦੇ ਵਿੱਚ ਹੈ ਇਹ ਵਾ ਮਸਜਿਦ ਨਮਕ ਦੀ ਬਣੀ ਹੋਈ ਜ਼ਰਾ ਇੱਕ ਵਾਰੀ ਮਾਸ਼ਾਅੱਲਾ ਵੀ ਕਹਿ ਦਿਓ ਤੁਸੀਂ ਗੰਦਗੀ ਫੈਲਾਉਣਾ ਮਨਾ ਹੈ ਠੀਕ ਲਓ ਜੀ ਹੋਇਆ ਸੀਗਾ ਮੈਂ ਸਮਝਣਾ ਤੇ ਨਮਾਜ਼ ਪੜ੍ਹਨ ਡਿਆ ਬੈਠੇ ਇਹ ਜੀ ਤੋਪ ਇੱਥੇ ਦੀ ਬੜੇ ਨਜ਼ਰ 'ਤੇ ਆਉਣੀ ਨਹੀਂ ਥੋੜ੍ਹਾ ਕੋਲ ਕਰਨਾ ਸ਼ਾਇਦ ਆ ਹੀ ਜਾਵੇ ਹੈਲੋ ਜੀ ਤੋਪ ਹੈ ਇਹ ਵੀ ਇੱਕ ਆਰਟ ਹੈ ਜੀ ਨਮਕ ਦਾ ਬਣਿਆ ਹੋਇਆ ਮਿਨਾਰੇ ਪਾਕਿਸਤਾਨ ਵੀ ਬਣਿਆ ਇੱਥੇ ਨਮਕ ਮਿੱਲਾ ਜੀ ਸੈਲਫੀਆਂ ਲੈਂਦੇ ਹੋਏ ਲਓ ਲਓ ਇਹ ਜੀ ਮਿਨਾਰੇ ਪਾਕਿਸਤਾਨ ਕਾਨ ਦੇ ਵਿੱਚ ਬਣਾਇਆ ਗਿਆ ਆਵਾਮ ਵਾਸਤੇ ਬਹੁਤ ਖੂਬਸੂਰਤ ਨਮਕ ਦਾ ਬਣਿਆ ਹੋਇਆ ਬਿੱਲਾ ਜੇ